ਏ ਨਗਰੀ ਦਾਤਾ ਦੀ ਸਜਣੋ ਹਏ ਏ ਨਗਰੀ ਦਾਤਾ ਦੀ ਇਥੇ ਆਂਦਾ ਕੁੱਲ ਜ਼ਮਾਨਾ ਪੀਰਾ ਤੇ ਮੁਰਸ਼ਦ ਦਾ ਨਾਲੇ ਬਲੀਆਂ ਦਾ ਖਜ਼ਾਨਾ ਏ ਨਗਰੀ ਦਾਤਾ ਦੀ ਸਜਣੋ ਹਏ ਏ ਨਗਰੀ ਦਾਤਾ ਦੀ ਈਐਮਟੀ ਨਿਊਜ਼ ਤੋਂ ਰੋਮੀਓ ਜਾਲੋ ਪੰਜਾਬ ਕਲਚਰ ਲੈ ਕੇ ਮੇਰੇ ਸੋਹਣੇ ਭੈਣ ਭਰਾਵੋ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੈ ਤੇ ਚਾਰੇ ਪੰਜਾਬ ਨੂੰ ਵੀ ਮੇਰਾ ਸਲਾਮ ਨਾਜ਼ਰੀਨ ਛੋਣ ਹਾਲਿਓ ਮੈਂ ਹਮੇਸ਼ਾ ਤੁਹਾਡੇ ਨਾਲ ਪੰਜਾਬ ਕਲਚਰ ਚ ਤੁਹਾਡੀ ਹੀ ਗੱਲ ਕਰਨਾ ਮੈਂ ਸਿਆਸੀ ਗੱਲਾਂ ਬੜੀਆਂ ਕੀਤੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਪੰਜਾਬ ਚ ਕੀ ਕਮੀ ਹੈ ਹੁਣ ਮੈਂ ਪੰਜਾਬ ਦੇ ਉਹ ਮਸਾਇਲ ਜਿਹੜੇ ਤੁਹਾਡੇ ਰੋਜ਼ਮਰਰਾ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ ਉਹ ਮੈਂ ਪੇਸ਼ ਕਰਿਆ ਕਰਾਂਗਾ ਕਿਉਂਕਿ ਮੈਨੂੰ ਪਤਾ ਤੁਹਾਡੀ ਤਕਲੀਫ ਦਾ ਹੁਣ ਇਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਹੁਣ ਇਹ ਗੱਲਾਂ ਕਰਨ ਦੀਆਂ ਨਹੀਂ ਮੌਕੇ ਲੰਘੇ ਤੋਵਾ ਵਾਲੇ ਇਹ ਹੋ ਕੇ ਪਰੰਦੀਆਂ ਨਹੀਂ ਹੁਣ ਗੱਲਾਂ ਨੰਗਈਆਂ ਉੱਤੇ ਸਿਰ ਤੋਂ ਉੱਤੇ ਨੰਗਈਆਂ ਕਿ ਪੰਜਾਬ ਦੇ ਵਿੱਚ ਸਾਡੀ ਕੀ ਸੂਰਤੀ ਹਾਲ ਹੋ ਗਈ ਅੱਜ ਮੈਂ ਸਾਰਾ ਅਫਸੋਸ ਕਰਾਂਗਾ ਮੈਟਰੋ ਬੱਸ ਦਾ ਦੇ ਵਿੱਚ ਜਿਹੜੇ ਸਾਡੀਆਂ ਭੈਣਾਂ ਜ਼ਖਮੀ ਹੋਈਆਂ ਸਭ ਤੋਂ ਪਹਿਲੇ ਤਾਂ ਜੀ ਮੈਂ ਮੈਟਰੋ ਦਾ ਸਫ਼ਰ ਕੀਤਾ ਉਹਨਾਂ ਲੋਕਾਂ ਨੂੰ ਪੁੱਛਿਆ ਕਿ ਮੈਟਰੋ ਬੱਸ ਜਿਹੜੀ ਚੱਲਦੀ ਏ ਉਹ ਭਰੀ ਹੋਈ ਆਉਂਦੀ ਏ ਜਾਂ ਭਰੀ ਹੋਈ ਜਾਂਦੀ ਏ ਕੋਈ ਹਸਾਰੇ ਚ ਨਹੀਂ ਗਈ ਉਹਦੇ ਐਸੀ ਬੰਦ ਨੇ ਮੈਂ ਮੁਸਾਫਰਾਂ ਨੂੰ ਪੁੱਛਿਆ ਇਹ ਕਦੋਂ ਦੇ ਐਸੀ ਬੰਦ ਰਹੇ ਉਹ ਕਹਿੰਦਾ ਜੀ ਇਹ ਰੋਜ਼ ਦਾ ਹੀ ਕੰਮ ਹੈ ਦੂਸਰੀ ਗੱਲ ਹੈ ਜਨਾਜ਼ਾ ਘਾ ਦੇ ਨਜ਼ਦੀਕ ਇਸ ਬੱਸ ਨੂੰ ਹਾਦਸਾ ਪੇਜ ਆਇਆ मैं जब के देखा प्लेटफार्म काफ़ी फासले थे है। बस किसरा टकरा गई गेड़ ने कि उस ड्रैवर को होश नहीं सी उन्हें कोई नशा किया मैं पंजाब के वजीरला मुसर नकवी साहब नव एहकात करी जाए तहकात करा ये क्यों हादसा पेश आया वजूहसी साढ़िया भैन अगर रश हों जा जख्मी हुई हैं ਜੜੀਆਂ ਵਿਚਾਰੀਆਂ ਸਕੂਲ ਚ ਜਾ ਰਹੀਆਂ ਹੁੰਦੀਆਂ ਕਾਲਜ ਚ ਜਾ ਰਹੀਆਂ ਹੁੰਦੀਆਂ ਯੂਨੀਵਰਸਿਟੀ ਜਾ ਰਹੀਆਂ ਆਪਣੇ ਕੰਮ ਵਾਸਤੇ ਨਿਕਲੀਆਂ ਆਈਆਂ ਔਰ ਉਹਨਾਂ ਵਾਸਤੇ ਮੈਟਰੋ ਦੇ ਇਲਾਵਾ ਤਾਂ ਕੋਈ ਸਫਰ ਹੀ ਨਹੀਂਗਾ ਚਲੋ 20 ਰੁਪਏ ਕਰਾਇਆ ਔਰ ਤੇ ਤੁਸੀਂ ਕੋਈ ਟ੍ਰਾਂਸਪੋਰਟ ਲੋੜ ਚ ਰੱਖੀ ਕੋਈ ਨਹੀਂ ਕਿਤੇ ਕੋਈ ਨਹੀਂ ਬੱਸਾਂ ਚੱਲਦੀਆਂ ਸਪੀਡੋ ਬੱਸ ਹੈਗੀਆਂ ਉਹ ਵੀ ਘਟ ਨੇ ਹੁਣ ਟਾਊਨਸ਼ਿਪ ਦੀ ਕੋਈ ਸਪੀਡੋ ਬੱਸ ਨਹੀਂ ਹੈ ਮੈਂ ਵਜ਼ੀਰ ਆਲਾ ਸਾਹਿਬ ਤੁਹਾਨੂੰ ਮੈਂ ਇਹ بار-ਬਾਰ ਕਰਾ ਰਹੇ ਤੁਸੀਂ ਨਗਰਾਲ ਮਸੀਦੇ ਵਾਲੇ ਆਏ ਹੋ ਆਏ ਤੇ 3 ਮਹੀਨੇ ਵਾਸਤੇ ਸੀ ਤੁਹਾਨੂੰ ਅਰਸਾ ਜ਼ਿਆਦਾ ਹੋ ਰਿਹਾ ਤੁਸੀਂ ਲੋਕਾਂ ਕੰਮ ਤੇ ਕਰਾ ਰਹੇ ਹੋ ਇਹ ਵੀ ਧਿਆਨ ਮਾਰੋ ਕਿ ਟ੍ਰਾਂਸਪੋਰਟ ਕੋਈ ਨਹੀਂ ਜੇ ਲਾਹੌਰ ਦੇ ਵਿੱਚ ਤੇ ਲਾਹੌਰ ਦੇ ਸ਼ਹਿਰੀ ਬੜੇ ਅੱਕੇ ਹੋਏ ਨੇ ਪਰੇਸ਼ਾਨ ਨੇ ਇਹ ਆਸਾ ਹੈ ਇਹ ਨਹੀਂ ਹੋਣਾ ਚਾਹੀਦਾ ਮੈਟਰੋ ਤੇ ਬੜੀ ਮਹਫੂਜ਼ ਤਰੀਨ ਸਫਰੇਗਾ ਜੇ ਤਾਂ ਕੋਈ ਇਸ਼ਾਰਾ ਨਹੀਂ ਦਿੱਤਾ ਸਿਰਫ ਮੈਟਰੋ ਚੱਲਦੀ ਹੈ ਟ੍ਰੈਫਿਕ ਤੇ ਕੋਈ ਵੀ ਨਹੀਂ ਗਈ ਉਹ ਫਿਰ ਕਿਉਂ ਉਪਰ ਪਲੇਟਫਾਰਮ ਨਾਲ ਟਕਰਾਈ ਹੈ ਕਿਉਂ ਸਾਡੀਆਂ ਪੈਰਾਂ ਜ਼ਖਮੀ ਹੋਈਆਂ ਇਹ ਧਿਆਨ ਰੱਖੋ ਇਹ ਜੀ ਮੁਕੰਮਲ ਤਾਇਕਾਤ ਕਰਾਓ ਮੈਂ ਪੰਜਾਬ ਕਲਚਰ ਰਹੀਂ ਇਹ ਤੁਹਾਨੂੰ ਕਹਿ ਰਿਹਾ ਮੈਂ ਕਲਚਰ ਪੰਜਾਬ ਕਲਚਰ ਦਾ ਟ੍ਰਸ ਬਣਾ ਰਿਹਾ ਮੈਂ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛਾਂਗਾ ਤੁਹਾਡੇ ਕੀ ਮਸਾਇਲ ਨੇ ਤੁਹਾਨੂੰ ਕੀ ਦੁੱਖ ਹੈ ਤਾਂ ਕਿ ਮੈਂ ਪੇਸ਼ ਕਰ ਸਕਾਂ और तक पहुँचाव पूरी दुनिया को पहुँचाव कि साढ़े पंजाबियों का की हाल हो रहा है ताकि हुक्माना कोई शर्म आए हाँ पंजाब दे ना कोई इंसाफ है ना कोई गल है ना कोई बात है हूँ महंगाई का जो जिन है वह बहर आ गया जो हूँ थोड़ा मैं छोटी जी मिसाल दे लग मैं वो मिसाल दे रीडे नज़दीक तरीन है तू तो पता चले कि मैं फजूल गल कोई नहीं करता मैं फजूल टॉपिक कोई नहीं छेड़ता ਜਿਹੜੀ ਸਾਡੀਆਂ ਬੀਬੀਆਂ ਪੈਣਾ ਭਰਾ ਸਵੇਰੇ ਨਿਕਲਦੇ ਨੇ ਖਾਣ ਪੀਣ ਵਾਸਤੇ ਸਬਜ਼ੀ ਲੈਣ ਜਾਂਦੇ ਨੇ ਉਹਨਾਂ ਦਾ ਕੀ ਸੂਰਤਿ ਹਾਲ ਹੁੰਦੀ ਏ ਇੱਕ ਜਗ੍ਹਾ ਤੋਂ ਮੈਂ ਲਸਣ ਲਿਆ ਉਹ 100 200 ਰੁਪਏ ਪਾ ਦੇ ਰਿਆ ਸੀ 200 ਰੁਪਏ ਪਾ ਲਸਣ ਦੇ ਰਿਆ ਦੂਸਰੀ ਦੁਕਾਨ ਤੋਂ ਪਤਾ ਕੀਤਾ ਉਹ 120 ਰੁਪਏ ਪਾ ਦੇ ਰਿਆ ਤੀਸਰੀ ਦੁਕਾਨ ਤੋਂ ਪਤਾ ਕੀਤਾ ਉਹ 150 ਰੁਪਏ ਪਾ ਦੇ ਰਿਆ ਚੌਥੀ ਦੁਕਾਨ ਤੋਂ ਪਤਾ ਕੀਤਾ 170 ਰੁਪਏ ਦੇ ਰਿਆ ਇਹ ਸੂਰਤਿ ਹਾਲ ਹੈ ਪੰਜਾਬ ਚ ਕੋਈ ਪੁੱਛਣ ਗਿਛਣਾ ਨਾ ਕੋਈ ਨਹੀਂ और जो को मैं एक सौ भी को मैं जो लसन लिया मैं वे गया मैं क्या दस यार मैं एक सौ भी लसन लै रही लै हैं तू तो दो सौ दे रहे हैं। जी जी नहीं जी जपानी है चाइना मैं क्या यार दस ये उ लसन है जोड़ा मैं एक सौ भी लैके आया रेल लिस्ट कोई नहीं जो रेल लिस्ट पिछली कोई नहीं हजी पिछों नहीं आती पी और साढ़े नी हो रहा जे ਉਹ ਕਿੱਥੇ ਚਲੇ ਗਏ ਨੇ ਮਦਰ ਸਟੇਟ ਦੇ ਛਾਪੇ ਮਾਰਦੇ ਸੀ ਮੈਂ ਪੰਜਾਬ ਗਵਰਨਮੈਂਟ ਨੂੰ ਕਹਾਂਗਾ ਉਹ ਇੱਕ ਨੰਬਰ ਦੇਣ ਵੈਬ ਚੈਨਲਾਂ ਤੇ ਨੈਸ਼ਨਲ ਚੈਨਲਾਂ ਤੇ ਉਹ ਨੰਬਰ ਦੇਣ ਲੋਕਾਂ ਨੂੰ ਕਿ ਇਸ ਨੰਬਰ ਤੇ ਰਿੰਗ ਕਰਕੇ ਸ਼ਿਕਾਇਤ ਕਰੋ ਔਰ ਮਦਰ ਸਟੇਟ ਦਾ ਉਸ ਦੁਕਾਨ ਤੇ ਛਾਪਾ ਮਰਵਾਓ ਜਿਸ ਵਾਰ ਪਹਿਲੇ ਹੁੰਦਾ ਸੀ ਯਾਰ ਛਾਪੇ ਗਲੀਆਂ ਗਲੀਆਂ 'ਚ ਵਜਦੇ ਸੀ ਸ਼ਹਾਜਦੀ ਦੀ ਹਕੂਮਤ ਸੀ ਮੈਂ ਵੇਰਦਾ ਹੁੰਦਾ ਸੀ ਇਹ ਸਬਜ਼ੀ ਵਾਲੇ ਬੜਾ ਡਰ-ਡਰ ਕੇ ਸਬਜ਼ੀਆਂ ਵੇਚਦੇ ਸੀ। ਜ਼ਿਆਦਾ ਭਾਅ ਨਹੀਂ ਲੈਂਦੇ ਸੀ ਕਿਉਂਕਿ ਪਤਾ ਸੀਗਾ ਇਹ ਛਾਪਾ ਪੈ ਜਾਣਾ। ਮੇਰੇ ਸਟੇਟਿਕ ਬੰਦੇ ਨੂੰ ਭੇਜਦਾ ਸੀ ਸਬਜ਼ੀ ਵਾਸਤੇ ਤਾਂ ਰੇਡ ਲਿਸਟ ਤੋਂ ਬਾਹਰ ਹੁੰਦਾ ਸੀ ਤਾਂ ਛਾਪਾ ਪੈ ਜਾਂਦਾ ਸੀ। ਹੁਣ ਕਿਉਂ ਨਹੀਂ ਹੋ ਰਿਹਾ? ਤੇ ਮੇਰੇ ਸੋਹਣੇ ਪਿਆਣ ਭਰਾਓ ਐ ਮੈਂ ਇਸ ਕਰਕੇ ਗੱਲਾਂ ਕਰ ਰਿਹਾ ਹਕੀਕਤ ਦੇ ਨਜ਼ਦੀਕ ਤੇ ਮੈਂ ਤੁਹਾਡੇ ਤੁਹਾਡੇ ਨਾਲ ਮਿਲ ਕੇ ਪੰਜਾਬ ਕੁਰਮਨ ਕਹਿ ਰਿਹਾ ਕਿ ਤੁਸੀਂ ਉਹ ਨੰਬਰ ਸ਼ੋਅ ਕਰਾਓ ਅਗਰ ਰੇਡ ਲਿਸਟ 'ਚ ਸੀਟ ਨੰਬਰ ਤੇ ਮੋਬਾਈਲ ਤੋਂ ਰਿੰਗ ਕੀਤੀ ਜਾਏ ਤਾਂ ਉਸੇ ਵੇਲੇ ਉਸ ਦੇ ਗਾਤੇ ਛਾਪਾ ਮਾਰ ਕੇ ਉਹਨੂੰ ਅੰਦਰ ਕਰੋ ਇਸ ਤਰ੍ਹਾਂ ਤੁਸੀਂ ਸਟੇਜ ਡਰਾਮਿਆਂ ਨੂੰ ਸੀਲ ਕੀਤਾ ਬਹੁਤ ਚੰਗੀ ਗੱਲ ਕੀਤੀ ਹੈ ਮੈਂ ਤੁਹਾਨੂੰ ਵੈਲਕਮ ਕਰਨਾ ਸਾਡੇ ਕਲਚਰ ਨੂੰ ਬੇੜਾਗਰ ਕਰ ਰਹੀਆਂ ਸੀ ਇਹ ਕੀ ਕੁਛ ਨਹੀਂ ਦਿਖਾ ਰਹੀਆਂ ਸੀ ਕੱਪੜੇ ਉਤਾਰ ਕੇ ਸਾਨੂੰ ਕੀ ਦਿਖਾ ਰਹੀ ਸੀ ਤੁਸੀਂ ਐਸੀ ਇਹਨੇ ਗੰਦੇ ਆ ਪੰਜਾਬੀ ਸਾਡਾ ਕਲਚਰ ਇੰਨਾ ਗੰਦਾ ਐ ਚੜਦੇ ਪੰਜਾਬ ਦੇ ਵਾਲੇ ਕਿਉਂ ਨਹੀਂ ਇਸ ਤਰ੍ਹਾਂ ਕਰਦੇ ਉੱਥੇ ਕੀ ਨਹੀਂ ਕੁਝ ਹੁੰਦਾ ਲੱਗੋ ਸਿੱਖ ਹਜ਼ਰਤ ਨੇ ਉਹ ਮਰਜ਼ੀ ਕਰ ਸਕਦੇ ਨੇ ਲੇਕਿਨ ਉਥੇ ਉਹਨਾਂ ਨੇ ਆਪਣੇ ਕਲਚਰ 'ਚ ਗੰਧ ਹੋਣ ਹੀ ਨਹੀਂ ਦਿੱਤਾ ਉਥੇ ਸਾਡੀਆਂ ਭੈਣਾਂ ਸਾਈਕਲਾਂ ਤੇ ਜਾਂਦੀਆਂ ਨੇ ਕਾਲਜ ਸਾਈਕਲਾਂ ਤੇ ਸਕੂਲਾਂ ਦੇ ਵਿੱਚ ਸੜਕਾਂ ਦੇ ਉੱਤੇ ਉਹਨਾਂ ਪੈਣਾ ਦੀ ਸਾਈਕਲਾਂ ਭਰੀਆਂ ਹੁੰਦੀਆਂ ਕੋਈ ਨਹੀਂ ਛੇੜ ਸਕਦਾ ਤੇ ਬੜੀ ਸ਼ਕਤੀ ਹੈਗੀ ਓਦੀ ਕੀ ਵਜ੍ਹਾ ਉਥੇ ਗਵਰਨਮੈਂਟ ਮਜ਼ਬੂਤ ਹੈਗੀ ਹੈ ਸਸਤਾ ਬੀਜ ਮਿਲਦਾ ਕਿਸਾਨ ਵੀ ਖੁਸ਼ ਨੇ ਔਰ ਪੈਦਾਵਾਰ ਵੀ ਬਹੁਤ ਦੁਗਣੀ ਤਿਗਣੀ ਹੈ ਤੁਹਾਨੂੰ ਪਹਿਲੇ ਵੀ ਕਿਹਾ ਸੀ ਹਿੰਦੂ ਆ ਕੇ ਉਥੇ ਕੰਮ ਕਰਦਾ ਇੰਨਾ ਖੁਸ਼ਹਾਲ ਹੈ ਪੰਜਾਬ ਉਥੇ ਦਾ ਔਰ ਯਹੀ ਵਜ੍ਹਾ ਹੈਗੀ ਹੈ ਉਹਨਾਂ ਨੇ ਆਪਣੇ ਕਲਚਰ ਨੂੰ ਬਚਾਇਆ ਤੁਸੀਂ ਸਟੇਟ ਡਰਾਮਿਆਂ ਤੇ ਆ ਕੇ ਬੇਹੁੱਦਾ ਗੱਲ ਗੱਲਾਂ ਨਾ ਕਰ ਦਿਓ ਮਾਵਾਂ ਪੈਣਾਂ ਦੀਆਂ ਗਾਲਾਂ ਕੱਢ ਦਿਓ ਸਾਫ਼-ਸਾਫ਼ ਗੱਲਾਂ ਕਰ ਦਿਓ ਔਰ ਬੀਬੀਆਂ ਕੇ ਐਸ਼ਾ-ਐਸ਼ਾ ਡਾਂਸ ਕਰਦੀਆਂ ਕੇ ਔਰ ਨੋਡ ਉਹ ਕੀ ਹੈ ਮੁਜਰੇ ਹੋ ਰਹੇ ਨੇ ਨਾ ਵਜ਼ੀਰ ਆਲਾ ਨੂੰ ਕਵਾਂਗਾ ਕਿ ਤੁਸੀਂ ਬਹੁਤ ਚੰਗਾ ਕੀਤਾ ਤੇ ਤੁਸੀਂ ਬੜੀ ਸ਼ਕਤੀ ਕਰ ਰਹੇ ਹੋ ਸਟੇਟ ਤੇ ਮਤਲਬ ਸੀਲ ਕਰ ਦਿੱਤਾ ਔਰ ਇਹ ਬੜੀ ਚੰਗੀ ਹੈ ਕਿ ਜਦੋਂ ਤੱਕ ਤੁਸੀਂ ਉਹਨਾਂ ਕਹਾਣੀਆਂ ਨੂੰ ਪੰਜਾਬ ਗਵਰਨਮੈਂਟ ਨੂੰ ਨਹੀਂ ਦਿਖਾਓਗੇ ਸਟੇਟ ਡਰਾਮਾ ਤੁਹਾਡਾ ਨਹੀਂ ਹੋ ਸਕਦਾ ਪਰ ਅੱਛਾ ਇਹ ਤਜਵੀਜ਼ ਹੈਗੀ ਉਹ ਇਸ ਤਜਵੀਜ਼ ਨੂੰ ਲਾਜ਼ਮੀ ਲਾਗੂ ਕਰੋ ਸ਼ਕਤੀ ਨਾ ਕਰੋ ਔਰ ਕਿਸੇ ਵੀ ਸਟੇਟ ਡਰਾਮੇ ਚ ਡਾਂਸ ਮਨਾ ਕਰ ਦਿਓ ਮੈਂ ਤੇ ਹਾਂ ਅਸੀਂ ਤੇ ਮਤਲਬ ਹੈ ਸੋਸ਼ਲ ਮੀਡੀਆ ਤੇ ਚਲੇ ਜਾਈਏ ਉੱਥੇ ਕੁਛ ਸਾਡੀਆਂ ਬੀਬੀਆਂ ਸਾਡਾ ਕਿ ਬੰਦਾ ਹੈਗਾ ਮਤਲਬ ਦਾੜੀ ਰੱਖੀ ਹੋਈ ਏ ਤੇ ਉਹ ਐਸੀ ਬੇਹੂਤਾ ਗੰਦੀਆ ਗਾਲਾਂ ਕਰਦਾ ਗੱਲਾਂ ਕਰਦਾ ਪਿਆ ਕਿ ਮੈਂ ਮੈਂ ਕਹਿੰਦਾ ਯਾਰ ਇਹ ਬੱਚੇ ਕੋਲ ਵੀ ਮੋਬਾਈਲ ਹੈ ਸਾਡੀਆਂ ਬੀਬੀਆਂ ਕੋਲ ਮੋਬਾਈਲ ਹੈ ਸਾਡੇ ਭਰਾਵਾਂ ਕੋਲ ਮੋਬਾਈਲ ਹੈ ਉਹ ਸੁਣਦੇ ਹੁੰਦੇ ਤੇ ਕੀ ਉਹਨਾਂ ਨੂੰ ਮਸੂਲ ਸੁਣਦਾ ਆਏਗਾ ਯਾਰ ਸਾਡੇ ਪੰਜਾਬੀਆਂ ਦੇ ਵਿੱਚ ਹੀ ਇਹ ਕੰਮ ਹੈਗਾ ਸਾਡੇ ਉੱਥੇ ਕਿਉਂ ਨਹੀਂ ਹੈ ਇੰਡੀਆ 'ਚ ਕਿਉਂ ਨਹੀਂ ਹੈ ਕੰਮ ਅੰਗਰੇਜ਼ਾਂ 'ਚ ਕਿਉਂ ਨਹੀਂ ਹੈ ਅਸੀਂ ਰਹਿ ਰਹੇ ਹਾਂ ਅਸੀਂ ਪੰਜਾਬੀ ਇਸੇ ਚੋਕੇ ਰਹਿ ਰਹੇ ਹਾਂ ਤੁਸੀਂ ਸੁਣੀ ਆ ਹੀ ਹੋਏਗਾ ਲੇਕਿਨ ਕੋਈ ਰੋਕ থাম ਨਹੀਂ ਪੀਟੀਆ ਨੂੰ ਕਮਾਂਗਾ ਜਿਹੜਾ ਮਹਿਕਮਾ ਬਣਿਆ ਇਹਨੂੰ ਰੋਕੇ ਇਹਨੂੰ ਬੈਨ ਕਰੇ ਸੋਸ਼ਲ ਮੀਡੀਆ ਤੇ ਇਹੋ ਜਿਹਾ ਪ੍ਰੋਗਰਾਮ ਨੂੰ ਬੈਨ ਕਰ ਦੇ ਤਾਂ ਕਿ ਪਤਾ ਚੱਲੇ ਇਹਨਾਂ ਨੂੰ ਓ ਯਾਰ ਤੁਸੀਂ ਇਹ ਹੀ ਗੱਲਾਂ ਕਰਕੇ ਕਮਾਂਦੇ ਬੈਠੋ ਪਏ ਇਹਦਾ ਮਤਲਬ ਹੈ ਕਿ ਅਸੀਂ ਪੰਜਾਬੀ ਨਹੀਂ ਪਿਆੜੇ ਆ ਤੁਸੀਂ ਹੋਰ ਜ਼ੁਬਾਨ ਚ ਕਰ ਲਓ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਪੰਜਾਬੀ ਜਿਨਾ ਕਰੋ ਪੰਜਾਬੀ ਚ ਇਹੋ ਜਿਹੀ ਗੁਫ਼ਤਗੂ ਨਹੀਂ ਕਰੋ ਸੋਸ਼ਲ ਮੀਡੀਆ ਤੇ ਬੱਚੇ ਤੋਂ ਲੱਗੇ ਵੱਡੇ ਤੱਕ ਮੋਬਾਈਲ ਹੈ ਹਰ ਕੋਈ ਇੱਕ ਅੰਦਾ ਯਾਰ ਤੁਸੀਂ ਪੰਜਾਬੀ ਇੰਨੇ ਭੜੇ ਹੋ ਤੁਹਾਡੇ ਪੰਜਾਬ ਚ ਲੋਕ ਇੰਨੇ ਭੜੇ ਨੇ ਸਾਰੇ ਇਥੋਂ ਹੀ ਉਹ ਜਿਹੜਾ ਬੰਦਾ ਬਾਹਰ ਬੈਠਾ ਐ ਅਸੀਂ ਹਰਕਤ ਕਰ ਰਿਹਾ ਐ ਉਹ ਬੀਬੀ ਬੀਬੀ ਨੇ ਅਸੀਂ ਹਰਕਤ ਕਰ ਰਹੀ ਏ ਬੇ ਹੁਦਾ ਬੇ ਤੁਸੀਂ ਉਹ ਗੱਲਾਂ ਸੁਣ ਕੇ ਤੁਸੀਂ ਤੁਹਾਡੇ ਰੋਂਗਟੇ ਖੜੇ ਹੋ ਜਣ ਮੈਂ ਗੁਸਤਗੂਰ ਕਰਨਾ ਨਹੀਂ ਚਾਹੁੰਦਾ ਬਸ ਜ਼ਬਾਨ ਤੇ ਨਹੀਂ ਲੈਣਾ ਚਾਹੁੰਦਾ ਇਹ ਇਹਨਾਂ ਚੀਜ਼ਾਂ ਨੂੰ ਵੀ ਬੰਦ ਕਰੋ ਹੁਣ ਅਸੀਂ ਅਗਰ ਤੁਸੀਂ ਨੇ ਕੰਮ ਵਾਸਤੇ ਤੁਰੇ ਉਹਨਾਂ ਮੋਸੇ ਲਖਵੀ ਸਾਹਿਬ ਤੇ ਹੋਰ ਕਮਾਂ ਵਾਲੀ ਵੀ ਵੇਖੋ ਟਰਾਂਸਪੋਰਟ ਵਾਲੀ ਵੀ ਵੇਖੋ ਮਹਿੰਗਾਈ ਵਾਲੇ ਵੇਖੋ ਇਹ ਜਿਹੜਾ ਜਿੰਨ ਬਾਹਰ ਆ ਗਿਆ ਨਾ ਮਹਿੰਗਾਈ ਦਾ ਇਹ ਅਜੀਬ ਅਜੀਬ ਰੰਗ ਲੈ ਆ ਰਿਹਾ ਲੋਕੀ ਪਰੇਸ਼ਾਨ ਨੇ ਉਹ ਕਰਿਆਨੇ ਵਾਲੇ ਹੈਗੇ ਨੇ ਕੋਈ 300 ਰੁਪਏ ਮਤਲਬ ਹੈ ਦਰਜਨ ਆਂਡੇ ਦੇ ਰਿਹਾ ਕੋਈ 310 ਦੇ ਰਿਹਾ 2 305 ਦੇ ਰਿਹਾ गोल करो मैं पूछा करियाने वाले को रेल लिस्ट कोई नहीं अस कि तुर गए हैं, कितने साझे इंतजामिया तुर गई धनिया पाकर सो गए हो फिर फिरऐवी अभी जाना मैं तभी बार बार शेयर आगना है जाग मेरे पंजाबी जाग सिंध तो बलोचिस्तान तो कबसे रोते हैं ऐबा अभी तक सोते हैं आके हैं पुरुआ ਜਾਗ ਮੇਰੇ ਪੰਜਾਬ ਉਹ ਪੰਜਾਬੀਆਂ ਤੁਸੀਂ ਖੁਦ ਉਠੋ ਪੰਜਾਬ ਕਲਚਰ ਰਾਹੀਂ ਉਠੋ ਮੱਲਿਆਂ 'ਚ ਤਨਜ਼ੀਮਾਂ ਬਣਾਓ ਮੱਲਿਆਂ ਦੇ ਵਿੱਚ ਕਮੇਟੀਆਂ ਬਣਾਓ ਜਿਹੜਾ ਕੋਈ ਅਸੀ ਹਰਕਤ ਕਰਦਾ ਉਹਦੇ ਸਾਰੇ ਇਕੱਠੇ ਹੋ ਕੇ ਜਾਓ ਅਗਰ ਇੰਤਜ਼ਾਮੀਆਂ ਅਗਰ ਹੁਕਮਰਾਨ ਨਹੀਂ ਕਰਦੇ ਤੁਸੀਂ ਆਪਣੇ ਹੱਥ ਚ ਲੋ ਅਸਲ ਵਿੱਚ ਤੁਸੀਂ ਬਰਬਾਦ ਹੋ ਜਾਗੇ ਖਤਮ ਹੋ ਜਾਗੇ ਚੀਨੀ ਦਾ ਰੇਟ ਕਿਥੇ ਹੋ ਰਿਹਾ ਹੈ ਚੀਨੀ ਦਾ ਰੇਟ ਕਿਥੇ ਹੋਰ ਜਾ ਰਿਹਾ ਹੈ ਲੋਕੀ ਪਰੇਸ਼ਾਨ ਨੇ ਚੀਨੀ ਦੇ ਪਰੇਸ਼ਾਨ ਨੇ ਸਬਜ਼ੀ ਦੇ ਪਰੇਸ਼ਾਨ ਨੇ ਤੇਲ ਦੇ ਪਰੇਸ਼ਾਨ ਨੇ ਤੇ ਕਦੇ ਵੀ ਐਸਾ ਮਾਹੌਲ ਨਹੀਂ ਹੋਇਆ ਜਿਹੜਾ ਹੁਣ ਹੁੰਦਾ ਜਾ ਰਿਹਾ ਤਾਂ ਮੇਰੇ ਸੋਹਣੇ ਪਿਆਣ ਭਰਾਓ ਅਸੀਂ ਉਹ ਗੱਲ ਕਰਾਂਗੇ ਤੁਹਾਡੇ ਨਾਲ ਜਿਹੜੀ ਹਕੀਕਤ ਦੇ ਨਜ਼ਦੀਕ ਤਰੀਨ ਹੋਏਗੀ ਉਹ ਜਿਹੜੀ ਤੁਹਾਡੀ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੋਏਗਾ ਜ਼ਾਹਿਰ ਹੈ ਮਿਡਲ ਕਲਾਸ ਤਬਕਾ ਕੋਈ ਤਹਾਵਾਂ ਨਾਲ ਗੁਜ਼ਾਰਾ ਕਰ ਰਹੇ ਨੇ ਕੋਈ ਪੈਨਸ਼ਨਾਂ ਨਾਲ ਗੁਜ਼ਾਰਾ ਕਰ ਰਹੇ ਨੇ ਵਿਚਾਰੇ ਉਹ ਜਿਹਨਾਂ ਦਾ ਕਾਰੋਬਾਰ ਚੱਲਦਾ ਉਹ ਤਾਂ ਚੰਦੀ ਨੇ ਨਾ ਜ਼ਿਆਦਾਤਰ ਸਾਡੇ ਮਿਡਲ ਕਲਾਸ ਤਬਕਾ ਗਰੀਬ ਤਬਕਾ ਕੋ ਦਿਹਾੜੀਦਾਰ ਤਬਕਾ ਮਜ਼ਦੂਰ ਤਬਕਾ ਬਾਹਰ ਦੇ ਮੁਲਕਾਂ ਚਲੇ ਜਾਓ 1965 ਦੀ ਕੀਮਤ ਸਾਊਦੀ ਅਰਬ ਦੇ ਵਿੱਚ ਬੰਦਾ ਆਇਆ ਮੇਰੇ ਦੇ ਛੁੱਟੀ ਤੇ ਮੈਂ ਪੁੱਛਿਆ ਮੈਂ ਕਿ ਯਾਰ ਉੱਥੇ ਸੌਦੀਰ ਫਰੂਟ ਦੀ ਕੀ ਕੀਮਤ ਹੈ ਸਬਜ਼ੀ ਦੀ ਕੀਮਤ ਹੈ ਗੋਸ਼ਟ ਦੀ ਕੀਮਤ ਹੈ ਉਹਨੇ ਕਹੇ ਇਹ ਭਾਜੀ ਹੋਈ ਹੈ ਜੋ 1965 ਦੇ ਵਿੱਚ ਹੀ ਸੀ ਯੂਰਪ ਤੋਂ ਬੰਦਾ ਆਇਆ ਮੈਂ ਕਿ ਯਾਰ ਉੱਥੇ ਕੀ ਸੂਰਤ ਹਾਲ ਹੈ ਕੰਦਾ ਉੱਥੇ ਤਾਂ ਗਰੀਬ ਬੰਦਾ ਵੀ ਰੋਟੀ ਰੱਜ ਕੇ ਖਾ ਸਕਦਾ 10 ਰੁਪਏ ਦਾ ਵੀ ਗੋਸ਼ਟ ਮਿਲ ਜਾਂਦਾ ਕਿਲੋ ਮੈਂ ਇਹ ਸੁਣ ਕੇ ਹੈਰਾਨ ਹੋ ਗਿਆ ਕਿ ਗਰੀਬ ਆਦਮੀ ਵੀ ਉੱਥੇ ਰੱਜ ਕੇ ਰੋਟੀ ਖਾ ਸਕਦਾ ਹੈ ਯੂਰਪ ਦੀ ਵੀ ਗੱਲ ਕਰ ਰਹੇ ਜੇ ਨੂੰ ਕਹਿੰਦੇ ਨਾ ਯੂਰਪ ਉੱਥੇ ਕਿੰਨੀ ਖੁਸ਼ ਮਤਲਬ ਉਹਨਾਂ ਨੇ ਗਰੀਬ ਬੰਦੇ ਵਾਸਤੇ ਇੰਨਾ ਕਿ ਮਾਰਜਨ ਰੱਖਿਆ ਹੈ ਕਿ ਉਹ ਰੱਜ ਕੇ ਰੋਟੀ ਖਾਵੇ ਇੱਥੇ ਗਰੀਬ ਵਾਸਤੇ ਉਹ ਮਾਰਜਨ ਰੱਖਿਆ ਕਿ ਤੂੰ ਰੱਜ ਕੇ ਰੋਟੀ ਨਹੀਂ ਖਾਣੀ ਤੂੰ ਮਰ ਜਾ ਅਮੀਰ ਬੰਦਾ ਸਿਰਫ ਰੋਟੀ ਖਾਏਗਾ ਗਰੀਬ ਨਹੀਂ ਖਾਏਗਾ ਇੱਥੇ ਇਹ ਪਾਕਿਸਤਾਨ ਇਸ ਕਰਕੇ ਬਣਾਇਆ ਸੀ ਕਾਇਦਿਆਸਮ ਨੇ ਕਰੋੜ ਦਿਓ ਫਰੀਬਾਂ ਨੂੰ ਅਜੇ ਵਿੱਚ ਰੋਡ ਤੇ ਦਿੱਤਾ ਜੀ ਸਮੁੰਦਰ ਦੇ ਵਿੱਚ ਗਰੀਬਾਂ ਨੂੰ किस को भी लख ल किसे को तीह लाख लैके सुहाने ख्वाब खा के जिस तरह सियासतदान सुहाने खुआब खा के तहूँ दखा नवा पाकिस्तान बना रहे और सवेरे उठोगे तो नवा पाकिस्तान बने होएगा हस्पताों च सूरत हाल कुछ और होएगी था सूरतील कुछ और होगी थाने मतलब है कि ऐसा हो गए तुम जाओगे तो, तो काम उसी वेल्ले हो जाएगा हस्पताल च दवाइया फ्री हो जाएगी ਉਸ ਨਵੇਂ ਪਾਕਿਸਤਾਨ ਨੇ ਪੁਰਾਣੇ ਨੂੰ ਵੀ ਬਰਬਾਦ ਕਰਕੇ ਰੱਖ ਦਿੱਤਾ ਇਹ ਸਾਡੇ ਖੁਆਫ ਸੀ ਲੁੱਟ ਕੇ ਲਿਆ ਗਿਆ ਸਾਨੂੰ ਹੁਣ ਅੰਦਰ ਬੈਠ ਲੰਮੇ ਹੁਣ ਅੰਦਰ ਬੈਏ ਲੰਮੇ ਮੈਂ ਉਹਨਾਂ ਨੂੰ ਕੀ ਕਹਾਂ ਕਿ ਤੁਸੀਂ ਕੀ ਕੀਤਾ ਸਾਡੇ ਪੰਜਾਬ ਦੇ ਨਾਲ ਤੁਹਾਨੂੰ ਮੈਂ ਪਹਿਲੇ ਵੀ ਅਰਜ਼ ਕੀਤਾ ਸੀ ਨਵਾਸ਼ਰੀ ਦੀ ਹਕੂਮਤ ਸੀ ਹਲੇ 10 ਦਿਨ ਹੋਏ ਸੀ ਗਏ ਨੂੰ 800 ਰੁਪਏ ਦਾ 20 ਕਿਲੋ ਦਾ ਆਟੇ ਦਾ ਥੈਲਾ ਸੀ ਇਮਰਾਨ ਖਾਨ ਦੀ ਹਕੂਮਤ ਆਈਏ 20 ਦਿਨ ਬਾਅਦ ਉਹੀ ਥੈਲਾ दो हजार से चला गया वह छब्बी सौ से चला गया तेल जरा एक सौ चाली से लिया इस टाइम साढ़े पांच सौ छे सौ से चला गया किलो पैकेट यार तुम्हें की किया समगलिंग की अपने नक् दे राशावरते रस्ते अफगानिस्तान डालर कमाए फिर तुम कहें नवा पाकिस्तान नवा पाकिस्तान हम मैं नवे पाकिस्तान को कह चुप करके बै गए लंबे पै गए हो मंजी से ਅਵਾਂ ਤੇ ਭੁਖੀ ਮਰ ਗਈ ਨਾ ਅਵਾਂ ਤੇ ਤੁਹਾਨੂੰ ਕਹਿੰਦੀ ਪਈ ਨਾ ਮੈਂ ਹੈਰਾਨ ਐ ਉਹ ਤੁਸੀਂ ਕਿਸਰਾ ਉਹ ਉਸੋ ਘਬਰਾਉਣ ਨੂੰ ਕਹਿੰਦੇ ਪਏ ਉਹ ਜੀ ਇਹ ਹੈ ਉਹ ਹੈ ਉਹ ਬਹੁਤ ਇਹ ਥਾ ਉਹ ਬਹੁਤ ਓਏ ਤੁਸੀਂ ਵੇਖੋ ਤੁਸੀਂ ਉਹਨੂੰ ਕਰਕੇ ਕੀ ਕੀਆ ਤੁਹਾਡੇ ਨਾਲ ਸਮਗਲੀ ਕਰਵਾ ਗਿਆ ਤੁਹਾਡੀ ਕਣਕ ਨੂੰ ਤੁਹਾਡੀ ਚੀਨੀ ਨੂੰ ਤੁਹਾਡੇ ਘਿਓ ਨੂੰ ਤੁਸੀਂ ਫੇਰ ਕਹਦੇ ਹੋ ਜੀ ਓ ਹੋ ਹੋ ਸਾਡੇ ਪੰਜਾਬ ਨੂੰ ਡਬੋ ਗਿਆ ਪੰਜਾਬ ਦਾ ਐਸਾ ਵਜ਼ੀਰੇ ਆਲਾ ਲਾ ਕੇ ਗਿਆ ਐਸਾ ਫੁੱਦੂ ਵਜ਼ੀਰੇ ਆਲਾ ਲਾ ਕੇ ਗਿਆ ਸੀਗਾ ਜਿਹਨੇ ਪਾਕਿਸਤਾਨ ਪੰਜਾਬ ਨੂੰ ਡਬੋਤਾ ਉਸਮਾਨ ਬਜ਼ਦਾਰ ਕਿਸ ਬੰਦਾ ਸੀਗਾ ਜਿਹਨੂੰ ਬੋਲਣਾ ਵੀ ਨਹੀਂ ਆਂਦਾ ਸੀ ਗੱਲ ਬਾਤ ਵੀ ਨਹੀਂ ਕਰਨੀ ਆਂਦੀ ਸੀ ਉਹ ਕਿਸਰ ਆਪਣੇ ਕਪੜੇ ਕੂਪੜੇ ਛਾੜ ਕੇ ਤੇ ਨੰਗਿਆ ਜਿਹਨੂੰ ਕਹਦੇ ਸੀ ਵਸੀਮ ਅਕਰਮ ਪਲੱਸ ਇਹ ਸੀ ਤੁਹਾਡਾ ਵਜ਼ੀਰੇ ਆਲਾ ਹੁਣ ਮੈਂ ਜਿੰਨੂੰ ਪੁੱਛਣਾ ਕਹੇਗਾ ਜੀ ਭਾਜੀ ਰومیਓ ਸਾਹ ਗੱਲ ਤੇ ਤੁਸੀਂ ਬੜੀ ਠੀਕ ਕੰਦੇ ਹੋ ਵਾਕਈਓ ਬੜਾ ਫੁੱਦੂ ਉਹ ਮੈਂ ਕਹਿੰਦਾ ਜਰਾ ਵੱਡਾ ਸੂਬਾ ਤੁਹਾਡਾ ਵੱਡਾ ਸੁਭਾ ਕਮਾ ਕੇ ਦੇ ਰਿਆ ਤੁਸੀਂ ਵਜ਼ੀਰੇ ਆਲਾ ਉੱਥੇ ਇਹੋ ਜਿਹਾ ਲਾਇਆ ਸੀ ਸਿਰਫ ਉੱਥੋਂ ਕਮਾਣਾ ਸੀ ਉਹਦੇ ਕੋਲ ਕਿ ਫੁੱਦੂ ਜੀ ਤੂੰ ਸਾਈਨ ਕਰ ਦਿਆ ਕਰ ਪੈਸੇ ਸਾਡ ਨੂੰ ਭੇਜ ਦਿਆ ਕਰ ਸਾਡੀ ਬੀਬੀ ਨੂੰ ਭੇਜ ਦਿਆ ਕਰ ਸਾਡੇ ਲੋਕਾਂ ਨੂੰ ਭੇਜ ਦਿਆ ਕਰ ਤੁਹਾਡੀਆਂ ਬੀਬੀਆਂ ਪੈਣਾ ਤੁਹਾਡੇ ਉਹਦੇ ਅਰਬ ਪਤੀ ਹੋ ਗਈਆਂ ਉਹ ਗੋਗੀ ਕੀ ਸੀਗੀ ਉਹ ਮੁਲਾਜ਼ਮ ਹੀ ਸੀ ਨਾ ਤੁਹਾਡੀ ਉਹ ਅਰਬ ਪਤੀ ਹੋ ਗਈ ਇਹ ਹਾਲ ਸੀ ਪੰਜਾਬ ਦਾ ਤੁਸੀਂ ਰੁਟਕੇ ਲਿਆ ਗਏ ਪੰਜਾਬ ਨੂੰ ਐਵੇਂ ਜਿਨਗਰਾਨ ਵਜ਼ੀਰਿਆਲ ਆਇਆ ਨਾ ਇੱਕ ਮੈਂ ਮੰਨਾਂ ਕੰਮ ਕਰਾਂਦਾ ਪਿਆ ਪੁਲ ਬਣਾਉਂਦਾ ਪਿਆ ਲਾਹੌਰ ਨੂੰ ਸ਼ਾਨਦਾਰ ਬਣਾ ਰਿਆ ਐ ਚ ਕੋਈ ਹਰਜ ਨਹੀਂ ਮੈਂ ਉਹਨਾਂ ਨੂੰ ਇਹ ਵੀ ਹਸਪਤਾਲਾਂ ਨੂੰ ਉਹ ਦੌਰੇ ਕਰ ਰਿਆ ਪੰਜਾਬ ਕਲਚਰ ਨਹੀਂ ਮੈਂ ਜਦੋਂ ਪ੍ਰੋਗਰਾਮ ਕੀਤਾ ਮਤਲਬ ਮੈਂ ਪ੍ਰੋਗਰਾਮ ਕਰਨਾ ਕਿਤੇ ਨਾ ਕਿਤੇ ਜਾ ਪਹੁੰਚ ਜਾ ਹਸਪਤਾਲਾਂ ਦੇ ਦੌਰੇ ਕਰ ਰਿਆ ਉਹ ਦਵਾਈਆਂ ਟੈਸਟ ਵਗੈਰਾ ਸਾਰੇ ਫ੍ਰੀ ਹੋਣਗੇ ਹੁਣ ਹਸਪਤਾਲਾਂ 'ਚ ਬੜੀ ਸੋਹਣੀ ਗੱਲ ਹੈ ਹੁਣ ਮੈਂ ਟਰਾਂਸਪੋਰਟ ਦਾ ਕਹਿੰਦਾ ਵਜ਼ੀਰ ਆਹਰਾਂ ਨੂੰ ਕਿ ਟਰਾਂਸਪੋਰਟ ਦਾ ਵੀ ਨਿਜ਼ਾਮ ਠੀਕ ਕਰੋ ਹਰ ਇਲਾਕੇ 'ਚ ਜੋ ਬੱਸ ਚੱਲੇ ਹਰ ਇਲਾਕੇ 'ਚ ਜੋ ਬੱਸ ਨੂੰ ਰਵਾਨਾ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਰੇਸ਼ਾਨ ਨਾ ਹੋਵੇ ਕਹਿੰਗੇ ਸਾਡੀ ਲਾਹੌਰ ਦੀ ਆਬਾਦੀ ਬੜੀ ਵੱਧ ਗਈ ਹੈ ਪਰੇਸ਼ਾਨੀ ਹੈ ਉਹ ਦੂਸਰੀ ਸਬਜ਼ੀਆਂ ਤੇ ਕੰਟਰੋਲ ਕਰੋ ਫਲਾਂ ਦੇ ਜਿਹੜਾ ਬੰਦਾ ਲਿਸਟ ਨਹੀਂ ਲਾਂਦਾ ਉਹਨੂੰ ਅੰਦਰ ਕਰੋ ਸਖਤੀ ਕਰ ਦਿਓ ਇਹਨਾਂ ਤੇ ਨੰਬਰ ਦਿਓ ਹਰ ਬੰਦੇ ਨੂੰ ਨੰਬਰ ਦਾ ਪਤਾ ਹੋਵੇ ਉੱਥੇ ਮੋਬਾਈਲ ਤੇ ਰਿੰਗ ਕਰੇ ਐ ਵੀ ਇਹ ਸਬਜ਼ੀ ਵਾਲਾ ਇੰਨੇ ਰੇਟ ਤੇ ਸਬਜ਼ੀ ਤੁਹਾਨੂੰ ਦੇ ਰਿਹਾ ਉਸ ਸਬਜ਼ੀ ਨੂੰ ਬੰਦ ਉਸ ਦੁਕਾਨ ਨੂੰ ਬੰਦ ਕਰ ਦਿਓ ਸੀਲ ਕਰ ਦਿਓ ਚਾਹੇ ਉਹਨੇ 2 ਲੱਖ ਦਾ ਮਾਲ ਲਾਇਆ ਹੋਵੇ ਇਸ ਤਰ੍ਹਾਂ ਦਾ ਕਰੋ ਇਕਦਮ ਤੇ ਆਵਾਮ ਬੜੀ ਖੁਸ਼ ਹੋ ਜਾਏਗੀ ਮਹਿੰਗਾਈ ਇਹਨਾਂ ਨੇ ਆਪ ਕਰ ਛੱਡੀ ਏ ਮਹਿੰਗਾਈ ਤਾਂ ਹੈ ਹੀ ਸੀ ਦੁਕਾਨਦਾਰਾਂ ਨੇ ਦੁਗਣੀ ਕਰ ਦਿੱਤੀ ਹਰ ਕੋਈ ਜੜਾਗਾ ਨਾ ਉਹ ਕਮਾਈ ਦੇ ਚੱਕਰ ਚ ਪੈ ਗਿਆ कमा लव खा लव असि हूं दू दूसरिया गल नहीं करने असी कोई इलैक्शन की गल नहीं करते इलैक्शन कराओ ना कराओ कोई सिरदर्दी नहीं आवाम न कोई सिरदर्दी नहीं आवाम तो परेशान है आवाम पता नहीं लैन च लाके हो वोट पा भी नहीं जाती सू नहीं पता वो जो ढिड खाली होगा वह कि वोट पाएगा लैनो मेंखड़ वोट पाल डालने अपने ही हाथों सही गुंडे भी पालने हैं। ਗੱਲ ਹੈਗੀਏ ਬਿੱਲਾਂ ਨੇ ਇਹ ਬਿੱਲ ਦਾ ਵੀ ਇਹ ਬਿਜਲੀ ਦਾ ਬਿੱਲਾਂ ਦਾ ਵੀ ਇੱਕ ਦੋ ਦਿਨਾਂ ਤੱਕ ਇਨਸ਼ਾਅੱਲਾ ਮਨੂੰ ਉਮੀਦ ਹੈਗੀ ਆ ਕਾਕੜ ਸਾਹਿਬ ਇਹਦਾ ਵੀ ਕੋਈ ਬੰਦੋਬਸ ਕਰ ਛਡੋ ਆਪਾਂ ਪੜੀ ਪਹਿਚਾਨਾ ਹੈ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਆ ਰਹੇ ਆ ਟੈਕਸ ਸਿਰਫ ਮਾਫ ਕਰ ਦਿਓ ਟੈਕਸ ਸਾਨੂੰ ਖਤਮ ਕਰ ਦਿਓ ਇਹਨਾਂ ਥੋੜੀ ਜਿਹੀ ਕੋਸ਼ਿਸ਼ ਕਰੋ 4 5 6000 ਰੁਪਿਆ ਜਿਹੜਾ ਨਾ ਤੁਹਾਡਾ ਕਟੇਗਾ ਲੋ ਨਾਜ਼ਰੀਨ ਭੈਣ ਭਰਾਓ ਮੈਂ ਗੱਲਾਂ ਤੁਹਾਡੇ ਨਾਲ ਉਹ ਕਰਨੀਆਂ ਉਹ ਸ਼ੇਅਰ ਕਰਨੀਆਂ ਹੋਣ ਜਿਹੜੀਆਂ ਤੁਹਾਡੇ ਦਰਦ ਜਿਹਾ ਚ ਤੁਹਾਡਾ ਦਰਦ ਦੇਗਾ ਦਰਦ ਇਸ ਕਰਕੇ ਸ਼ਾਮਿਲ ਹੈ ਤੁਸੀਂ ਬਾਹਰ ਨਿਕਲਦੇ ਹੋ ਚੀਜ਼ ਖਰੀਦਣ ਜਾਂਦੇ ਹੋ ਲੜਦੇ ਹੋ ਦੁਕਾਨਦਾਰ ਨਾਲ ਤੇ ਮੈਂ ਵੇਖਣਾ ਦੁੱਖ ਹੁੰਦਾ ਇਸ ਦੁੱਖ ਨੂੰ ਦੂਰ ਕਰੋ ਗਵਰਨਮੈਂਟ ਆਫ ਪੰਜਾਬ ਸਾਡੇ ਪੰਜਾਬ ਦੀਆਂ ਪਹਾੜਾਂ ਲੈ ਆਓ ਲੋ ਮੇਰੇ ਸੋਹਣੇ ਭੈਣ ਭਰਾਓ ਮੈਂ ਫੇਰ ਤੁਹਾਡੇ ਨਾਲ ਦੂਸਰੀਆਂ ਗੱਲਾਂ ਅਗਲੇ ਪ੍ਰੋਗਰਾਮ 'ਚ ਸ਼ੇਅਰ ਕਰਾਂਗਾ ਜੇ ਜੇ ਗੱਲਾਂ ਨਾਲ ਤੁਸੀਂ ਦੁਖੀ ਹੋ ਰੋਮੀਓ ਜਾਲਰ ਨੂੰ ਇਜਾਜ਼ਤ ਦਿਓ ਚੜ੍ਹਦੇ ਪੰਜਾਬ ਨੂੰ ਸलाम ਲੈਂਦੇ ਆ ਪੰਜਾਬ ਨੂੰ ਸलाम ਜਿੰਦੇ ਰਹੋ ਤੇ ਵਸਦੇ ਰਹੋ ਅੱਲਾ ਹਾਫਿਜ਼